ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਉਹ ਇੱਦਾਂ ਸੰਗਤ ਦੇ ਵਿੱਚ ਬੈਠੇ ਨੇ ਤੇ ਗਿਆਨ ਚਰਚਾ ਹੋ ਰਹੀ ਬਾਣੀ ਮਹਿਮਾ ਦੇ ਉੱਪਰ, ਸਤਿਗੁਰ ਜੀ ਦੀ ਮਹਿਮਾ ਦੇ ਉੱਪਰ, ਤੇ ਇਹੀ ਵਿਸ਼ਾ ਚੱਲ ਰਿਹਾ ਸੀ। ਬਾਬਾ ਜੀ ਇਹ ਦੱਸ ਰਹੇ ਸਨ, ਮਹਾਂਪੁਰਖ ਦੱਸ ਰਹੇ ਸੰਗਤ ਦੇ ਵਿੱਚ, ਬੰਦੇ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਭੋਗਣਾ ਪੈਂਦਾ ਔਰ ਅਵਸ਼ ਭੋਗਣਾ ਪੈਂਦਾ, ਪਰ ਜੇ ਗੁਰੂ ਦਿਆਲ ਹੋ ਜਾਣ, ਗੁਰੂ ਦਿਆਲ ਹੋ ਜਾਣ, ਬਾਣੀ ਦਾ ਘੁੱਟ ਕੇ ਸਹਾਰਾ ਲੈ ਲਵੇ, ਤੇ ਕਹਿੰਦੇ ਗੁਰੂ ਚਾਹਵੇ ਤੇ ਇੰਨੇ ਨਿੱਕੇ ਕਰ ਦੇਣ ਕਿ ਤੈਨੂੰ ਪਤਾ ਵੀ ਨਾ ਲੱਗੇ। ਆਖੋ ਸਤਨਾਮ। ਹੁਣ ਜਦੋਂ ਬਾਣੀ ਦੀ ਬੜੀ ਮਹਿਮਾ ਚੱਲ ਰਹੀ ਨਾ, ਤੇ ਸੰਗਤ ਵਿੱਚ ਹੀ ਇੱਕ ਸਰੀਰ ਬੈਠਾ ਸਰਦਾਰ ਦਿਆ ਸਿੰਘ, ਉਹਨੇ ਬਾਬਾ ਜੀ ਨੂੰ ਖੜ ਕੇ ਸਵਾਲ ਕੀਤਾ, ਕਿਉਂਕਿ ਸੰਸਾ ਬਣ ਗਈ। ਇਹ ਇਤਿਹਾਸ ਪੜ੍ਹਿਓ, ਸੇਕ ਨੇਹਾ ਕਿਤਾਬ ਹੈ ਜੀ, ਉਹਦੇ 'ਚ ਇਹ ਇਤਿਹਾਸ ਮਿਲਦਾ। ਉਹ ਕਹਿੰਦੇ ਬਾਬਾ ਜੀ ਤੁਸੀਂ ਬਾਣੀ ਦੀ ਮਹਿਮਾ ਦੱਸਦੇ ਪਏ ਹੋ ਕਿ ਬਾਣੀ ਦੇ ਨਾਲ ਕਰਮ ਕੱਟੇ ਜਾਂਦੇ, ਕੋਈ ਬਾਣੀ ਪੜ੍ਹੇ, ਕੋਈ ਅੰਮ੍ਰਿਤ ਵੇਲਾ ਸੰਭਾਲੇ, ਕੋਈ ਭਜਨ ਕਰੇ ਤੇ ਇਹ ਕਰਮ ਕੱਟੇ ਜਾਂਦੇ। ਕਹਿੰਦੇ ਕਿਵੇਂ ਕੱਟੇ ਜਾਂਦੇ ਨੇ, ਕਿਵੇਂ ਕੱਟੇ ਜਾਂਦੇ? ਇੱਕ ਬੰਦਾ ਬਹੁਤ ਕੀਰਤਨ ਕਰਦਾ ਹੋਵੇ, ਇੱਕ ਬੰਦਾ ਕਈ ਕਈ ਘੰਟੇ ਤਾਬਿਆਂ ਤੇ ਬਹਿ ਕੇ ਮਹਾਰਾਜ ਦਾ ਪਾਠ ਕਰਦਾ ਹੋਵੇ, ਇੱਕ ਘੰਟਾ ਕੀਰਤਨਾਂ 'ਚ ਚੌਂਕੜੀ ਨਾ ਚੱਕਦਾ ਹੋਵੇ, ਇੱਕ ਬੰਦੇ ਦਾ ਐਡਾ ਐਡਾ ਨੇਮ ਹੋਵੇ, ਉਹ ਫਿਰ ਵੀ ਦੁੱਖ ਭੋਗਦਾ ਪਿਆ, ਫਿਰ ਵੀ ਦੁੱਖ ਭੋਗਦਾ। ਉੱਥੇ ਬਾਣੀ ਕੀ ਕੰਮ ਕਰਦੀ ਪਈ ਹੈ ਜੀ? ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਸਰਦਾਰ ਦਿਆ ਸਿਆਂ ਕਿਹਦੇ ਬਾਰੇ ਗੱਲ ਕਰ ਰਹੇ? ਕਹਿੰਦੇ ਕਿਹਦੇ ਬਾਰੇ ਗੱਲ ਕਰ ਰਹੇ? ਕਹਿੰਦੇ ਬਾਬਾ ਜੀ ਮੈਂ ਸਰਦਾਰ ਸੰਤੋਖ ਸਿੰਘ ਬਾਰੇ ਗੱਲ ਕਰ ਰਿਹਾ, ਜਿਹੜਾ ਸਾਡੇ ਪਿੰਡ ਦਾ ਹੀ ਹੈ। ਕਹਿੰਦੇ ਇੰਨੀ ਬਾਣੀ ਪੜ੍ਹਦਾ ਹੈ, ਇੰਨਾ ਸਿਮਰਨ ਕਰਦਾ, ਇੰਨਾ ਉਹਦਾ ਅੰਮ੍ਰਿਤ ਵੇਲਾ, ਇੰਨਾ ਉਹਨੇ ਗੁਰੂ ਨੂੰ ਰਿਝਾਇਆ ਹੋਇਆ, ਪਰ ਕਿੱਡੇ ਦੁੱਖ ਭੋਗਦਾ ਪਿਆ। ਕਹਿੰਦੇ ਸਰੀਰ ਘਸੀਟ ਘਸੀਟ ਕੇ ਤੁਰਦਾ, ਪੋਲੀਓ ਦੇ ਨਾਲ ਉਹਦੀ ਲੱਤਾਂ ਖਰਾਬ, ਕਹਿੰਦੇ ਸਰੀਰ ਘਸੀਟ ਘਸੀਟ ਕੇ ਤੁਰਦਾ, ਇੰਨਾ ਦੁਖੀ, ਇੰਨਾ ਦੁਖੀ। ਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਦਿਆ ਸਿੰਘ ਤੈਨੂੰ ਕੀ ਪਤਾ ਉਹ ਕਿਸ ਚੀਜ਼ ਦੀ ਸਜ਼ਾ ਭੋਗ ਰਿਹਾ, ਕਿਹੜੇ ਕਰਮ ਦੀ ਸਜ਼ਾ ਭੋਗ ਰਿਹਾ? ਕਹਿੰਦੇ ਮਹਾਰਾਜ ਸਾਨੂੰ ਨਹੀਂ ਪਤਾ, ਪਰ ਤੁਸੀਂ ਕਿਹਾ ਕਿ ਬਾਣੀ ਦੇ ਨਾਲ ਕਰਮ ਕੱਟੇ ਜਾਂਦੇ, ਉਹ ਇੰਨੀ ਬਾਣੀ ਪੜ ਰਿਹਾ ਤੇ ਕਰਮ ਦੱਸੋ ਕਰਮ। ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਮੈਂ ਕਿਸੇ ਦੀ ਪੰਡ ਖੋਲਣੀ ਨਹੀਂ ਸੀ, ਪਰ ਤੂੰ ਜਿਹੜਾ ਸਵਾਲ ਕਰ ਦਿੱਤਾ, ਜਿਹਦਾ ਜਵਾਬ ਨਾ ਦਈਏ ਤੇ ਜਿੰਨੇ ਇੱਥੇ ਬੈਠੇ ਨੇ ਇਹਨਾਂ ਦਾ ਵੀ ਵਿਸ਼ਵਾਸ ਬਾਣੀ ਤੋਂ ਉੱਠ ਜਾਏਗਾ, ਇਸ ਲਈ ਜਵਾਬ ਦੇਣਾ ਮੈਨੂੰ ਜ਼ਰੂਰੀ। ਕਹਿੰਦੇ ਦਿਆ ਸਿੰਘ, ਸਰਦਾਰ ਦਿਆ ਸਿੰਘ, ਇਹਨੇ ਪਿਛਲੇ ਜਨਮ ਦੇ ਵਿੱਚ ਇੱਕ ਬੜਾ ਵੱਜਰ ਪਾਪ ਕੀਤਾ, ਬੜਾ ਮਾੜਾ ਕਰਮ ਕਰਕੇ ਇੱਥੇ ਆਇਆ। ਪਿਛਲੇ ਜਨਮ ਦੇ ਵਿੱਚ ਵੀ ਇਹਨੂੰ ਮਨੁੱਖਾ ਦੇਈ ਮਿਲੀ ਸੀ, ਧਰਮੀ ਸੀ, ਉਦੋਂ ਵੀ ਇਹ ਧਰਮੀ ਸੀ, ਬਾਣੀ ਪੜ੍ਹਨ ਵਾਲਾ ਸੀ, ਧਰਮੀ ਸੀ। ਕਹਿੰਦੇ ਇੱਕ ਦਿਨ ਇਹ ਬਾਹਰੋਂ ਆਇਆ, ਇਹ ਸਰਦਾਰ ਸੰਤੋਖ ਸਿੰਘ ਦੀ ਗੱਲ ਹੋ ਰਹੀ ਹੈ ਪਿਛਲੇ ਜਨਮ ਦੀ। ਉਹ ਕਹਿੰਦੇ ਇੱਕ ਦਿਨ ਇਹ ਬਾਹਰੋਂ ਆਇਆ, ਇਹਨੂੰ ਭੁੱਖ ਲੱਗੀ ਡਾਢੀ, ਘਰਦਿਆਂ ਨੂੰ ਕਿਹਾ ਪ੍ਰਸ਼ਾਦਾ ਲਾਓ ਜਲਦੀ ਕਰੋ।
ਪ੍ਰਸ਼ਾਦਾ ਸਾਹਮਣੇ ਆ ਗਿਆ। ਬੁਰਕੀ ਤੋੜੀ, ਮੂੰਹ 'ਚ ਪਾਈ, ਇਹਨੂੰ ਕੋਈ ਚੀਜ਼ ਯਾਦ ਆਈ ਕਿ ਉੱਠ ਕੇ ਗਿਆ ਕਿ ਆਹ ਚੀਜ਼ ਵੀ ਮੈਂ ਫਲਾਣੀ ਲੈ ਕੇ ਨਾਲ ਆ ਜਾਵਾਂ। ਇਹ ਉੱਠ ਕੇ ਗਿਆ ਅਤੇ ਨਾਲ ਹੀ ਬੈਠਾ ਸੀ ਇੱਕ ਕੁੱਤਾ ਕੂਕਰ। ਉਹਨੇ ਵੇਖਿਆ ਥਾਲੀ ਸੋਨੀ ਪਈ, ਖਾਲੀ ਪਈ ਹੈ। ਆਇਆ ਉਹਨੇ ਪ੍ਰਸ਼ਾਦੇ ਜਿਹੜੇ ਪਏ ਸਨ ਉਹ ਚੁੱਕੇ ਅਤੇ ਜਾ ਕੇ ਆਰਾਮ ਨਾਲ ਦੂਜੇ ਪਾਸੇ ਬਹਿ ਕੇ ਖਾਣ ਲੱਗਾ। ਬੜੇ ਧਿਆਨ ਨਾਲ ਸੁਣਿਓ, ਉਹ ਆਰਾਮ ਦੇ ਨਾਲ ਆਪਣੀ ਮਸਤੀ 'ਚ ਖਾ ਰਿਹਾ, ਆਪਣੀ ਮਸਤੀ 'ਚ ਖਾ ਰਿਹਾ। ਇਹ ਸਰਦਾਰ ਸੰਤੋਖ ਸਿੰਘ ਜਦੋਂ ਵਾਪਸ ਆਇਆ, ਇਹਨੇ ਵੇਖਿਆ ਮੇਰੀ ਥਾਲੀ ਖਾਲੀ, ਪ੍ਰਸ਼ਾਦੇ ਕਿੱਧਰ ਗਏ। ਜਦੋਂ ਸੱਜੇ ਖੱਬੇ ਵੇਖਿਆ ਤਾਂ ਕੀ ਵੇਖਦਾ ਕਿ ਕੁੱਤਾ ਬੜੇ ਮਸਤੀ ਦੇ ਨਾਲ ਬੜੇ ਆਨੰਦ 'ਚ ਪ੍ਰਸ਼ਾਦੇ ਖਾ ਰਿਹਾ। ਕਹਿੰਦੇ ਇਹਨੂੰ ਆ ਗਿਆ ਕ੍ਰੋਧ, ਕ੍ਰੋਧੀ ਸੀ ਪੂਰਾ, ਬੜਾ ਗੁੱਸਾ ਆਇਆ। ਇੰਨਾ ਕ੍ਰੋਧ 'ਚ ਆ ਗਿਆ ਕਿ ਕੋਲ ਪਈ ਸੀ ਡਾਂਗ ਮੋਟੀ, ਕਹਿੰਦੇ ਡਾਂਗ ਪਈ, ਇਹਨੇ ਵਗਾ ਕੇ ਮਾਰੀ ਡਾਂਗ ਉਸ ਕੁੱਤੇ ਦੇ। ਉਹ ਅਵੇਸਲਾ ਵਿਚਾਰਾ ਬੈਠਾ ਆਪਣੀ ਮਸਤੀ ਦੇ ਵਿੱਚ, ਅਣਜਾਣ ਇਸ ਚੀਜ਼ ਤੋਂ ਕਿ ਮੇਰੇ ਵੱਲ ਕੋਈ ਚੀਜ਼ ਆ। ਅਣਜਾਣ ਜਦੋਂ ਕੋਈ ਵੇਸਲਾ ਇੱਦਾਂ ਬੈਠਾ ਹੋਵੇ ਨਾ, ਉਦੋਂ ਸੱਟ ਵੱਜੇ ਬੜੀ ਡਾਢੀ ਵੱਜਦੀ ਹੈ ਬੜੀ। ਤੁਸੀਂ ਸੁਚੇਤ ਰਹੋਗੇ ਨਾ, ਬਚਾਅ ਕਰ ਸਕਦੇ ਹੋ ਆਪਣਾ। ਉਹ ਵੇਸਲਾ ਵਿਚਾਰਾ ਕਹਿੰਦੇ ਆਰਾਮ ਨਾਲ ਆਪਣੀ ਬੁਰਕੀਆਂ ਤੋੜ ਤੋੜ ਖਾ ਰਿਹਾ। ਉਹਨੇ ਵਗਾ ਕੇ ਡੰਡਾ ਮਾਰਿਆ, ਕਹਿੰਦੇ ਉਹਦੇ ਲੱਕ 'ਤੇ ਲੱਗਾ, ਇੰਨੀ ਜ਼ੋਰ ਦੀ ਲੱਕ 'ਤੇ ਲੱਗਾ ਕਿ ਉਹਦਾ ਲੱਕ ਹੀ ਟੁੱਟ ਗਿਆ। ਆਖੋ ਸਤਨਾਮ, ਉਹਦਾ ਲੱਕ ਹੀ ਟੁੱਟ ਗਿਆ। ਉਹ ਬੜੀ ਦੇਰ ਤੱਕ ਉੱਥੇ ਕੁੱਤਾ ਕੁਰਲਾਉਂਦਾ ਰਿਹਾ, ਚੀਕਦਾ ਰਿਹਾ, ਦਰਦ ਦੇ ਨਾਲ ਰੋਂਦਾ ਰਿਹਾ। ਹੁਣ ਕਹਿੰਦੇ ਇਸ ਸੰਤੋਖ ਸਿੰਘ ਨੂੰ ਬੜਾ ਦਰਦ ਹੋਇਆ, ਮੈਂ ਗਲਤ ਕੰਮ ਕਰ ਦਿੱਤਾ। ਇਹ ਕ੍ਰੋਧ 'ਚ ਕਹਿੰਦੇ ਤੀਰ ਨਿਕਲ ਚੁੱਕਾ ਸੀ, ਤੀਰ ਨਿਕਲ ਗਿਆ। ਕ੍ਰੋਧ ਅਗਰ ਆ ਜਾਵੇ, ਇਹ ਮਹਾਂਪੁਰਖ ਬਚਨ ਕਰਿਆ ਕਰਦੇ ਸਨ, ਜੇ ਕ੍ਰੋਧ ਤੋਂ ਬਚਣਾ ਨਾ, ਇੱਕ ਐਗਜ਼ਾਮਪਲ ਦਿੰਦੇ ਸਨ। ਕਹਿੰਦੇ ਜਿਵੇਂ ਲਾਈਟ ਗਈ, ਆਹ ਹੁਣ ਲਾਈਟ ਹੈ ਪੂਰੀ ਰੋਸ਼ਨੀ ਨਾਲ, ਇੱਕਦਮ ਲਾਈਟ ਗਈ ਪੂਰਾ ਗੁੱਪ ਹਨੇਰਾ ਹੋ ਗਿਆ। 2 ਸੈਕਿੰਡ, 5 ਸੈਕਿੰਡ, 10 ਸੈਕਿੰਡ, 20 ਸੈਕਿੰਡ ਲਈ ਗੁੱਪ ਹਨੇਰਾ ਰਹੇਗਾ। ਜਦੋਂ 30-40 ਸੈਕਿੰਡ ਹੋ ਗਏ ਨਾ, ਮਿੰਟ ਲੰਘਿਆ, ਮਹਾਂਪੁਰ ਕਹਿੰਦੇ ਸਨ ਉੱਠੀ ਨਾ, ਹਨੇਰਾ ਗੁੱਪ ਹੈ, ਉੱਠੀ ਨਾ, ਠੋਕਰ ਵੱਜੇਗੀ, ਤੂੰ ਗਿਰ ਜਾਏਗਾ। ਕਹਿੰਦੇ ਉਹ ਜਿੱਥੇ ਗਏ ਉੱਥੇ ਬਹਿ ਜਾ। 1 ਮਿੰਟ ਬਾਅਦ ਉਸ ਹਨੇਰੇ ਦੇ ਵਿੱਚ ਹੀ ਝੋਲਾ ਝੋਲਾ ਚੀਜ਼ਾਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਆਖੋ ਸਤਨਾਮ, ਕਿੱਥੇ ਆਹ ਚੀਜ਼ ਪਈ, ਇੱਥੇ ਆਹ ਚੀਜ਼ ਪਈ, ਝੋਲਾ ਝੋਲਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਨਾ। ਕਹਿੰਦੇ ਝੋਲਾ ਝੋਲਾ ਨਜ਼ਰ ਆ ਗਿਆ, ਤੂੰ ਬਚ ਬਚਾ ਕੇ ਜਾ ਸਕਦਾ, ਪਰ ਇੱਕਦਮ ਉੱਠ ਕੇ ਤੁਰ ਪਿਆ ਅਤੇ ਠੇਡਾ ਖਾਏਗਾ। ਕਹਿੰਦੇ ਇੱਦਾਂ ਹੀ ਹੈ ਕ੍ਰੋਧ, ਜਦੋਂ ਕ੍ਰੋਧ ਆਇਆ ਪੂਰੀ ਤਰ੍ਹਾਂ, ਜਦੋਂ ਕ੍ਰੋਧ ਤੇਰੇ 'ਤੇ ਆ ਗਿਆ ਨਾ, ਉਦੋਂ ਤੋਂ ਕੁਝ ਨਾ ਬੋਲ, ਉਦੋਂ ਕੁਝ ਨਾ ਬੋਲ, ਉਦੋਂ ਸਬਰ ਕਰ ਜਾ। ਉਦੋਂ ਗੁੱਪ ਹਨੇਰਾ, ਤੇਰਾ ਦਿਮਾਗ ਬਿਲਕੁਲ ਹਨੇਰੇ 'ਚ ਵੜਿਆ ਹੋਇਆ, ਉਦੋਂ ਤੇਰੀ ਕੋਈ ਹਰਕਤ ਤੈਨੂੰ ਲੈ ਡੁੱਬੇਗੀ। ਆਖੋ ਸਤਨਾਮ, ਤੈਨੂੰ ਲੈ ਡੁੱਬੇਗੀ। ਉਦੋਂ ਸ਼ਾਂਤ ਹੋ ਜਾ, ਇੱਕ ਦਿਨ ਲੰਘਾ ਲੈ, ਇੱਕ ਦਿਨ ਬਾਅਦ ਉਸ ਮਸਲੇ 'ਤੇ ਫਿਰ ਵਿਚਾਰ ਕਰੀ, ਦੇਖੀ ਹੱਲ ਸਾਹਮਣੇ ਨਜ਼ਰ ਆਉਂਦਾ ਹੋਏਗਾ। ਆਖੋ ਸਤਨਾਮ, ਉਹੀ ਤੂੰ ਇੱਕ ਦਿਨ ਪਹਿਲੇ ਕਹਿੰਦਾ ਸੀ ਕਿ ਕੋਈ ਹੱਲ ਨਹੀਂ, ਕੋਈ ਹੱਲ ਨਹੀਂ ਇਸ ਚੀਜ਼ ਦਾ, ਕਹਿੰਦਾ ਸੀ ਨਾ ਇਸ ਚੀਜ਼ ਦਾ ਕੋਈ ਹੱਲ ਨਹੀਂ, ਇਹ ਹੁਣ ਮੈਨੂੰ ਸਟੈਪ ਚੱਕਣਾ ਪੈਣਾ, ਮੈਂ ਕੰਮ ਕਰ ਦਿਆਂਗਾ, ਉਹਦਾ ਇੱਦਾਂ ਕਰ ਦਿਆਂਗਾ, ਉਹਨੂੰ ਇੱਦਾਂ ਕਰ ਦਿਆਂਗਾ। ਇੱਕ ਦਿਨ ਬਾਅਦ ਤੂੰ ਤਸੱਲੀ ਦੇ ਨਾਲ ਸੋਚਿਆ ਕੋਈ ਨਾ ਕੋਈ ਰਸਤਾ ਨਿਕਲ ਆਏਗਾ। ਆਖੋ ਸਤਨਾਮ, ਨਿਕਲ। ਹੁਣ ਉਹ ਸੰਤੋਖ ਸਿੰਘ ਨੂੰ ਬਹੁਤ ਪਛਤਾਵਾ ਹੋ ਰਿਹਾ, ਮੈਂ ਕੀਤਾ ਕੀ, ਇਹ ਤਾਂ ਮੈਂ ਬਹੁਤ ਗਲਤ ਕੰਮ ਕਰ ਦਿੱਤਾ, ਬਹੁਤ ਗਲਤ ਕੰਮ। ਉਹ ਚੀਕਾਂ ਮਾਰਦਾ ਪਿਆ, ਲੱਕ ਟੁੱਟ, ਲੱਕ ਹੀ ਸਾਰਾ ਆ, ਸਾਰੀ ਬਾਡੀ ਦਾ ਇੱਥੇ ਸਭ ਕੁਝ ਹੁੰਦਾ, ਉਹ ਲੱਕ ਉਹਦਾ ਟੁੱਟਿਆ। ਕਹਿੰਦੇ ਉਹ ਕਈ ਦਿਨਾਂ ਤੱਕ ਪੀੜ ਦੇ ਨਾਲ
ਕੁੱਤਾ ਪੀੜ ਦੇ ਨਾਲ ਤੜਫਦਾ ਰਿਹਾ ਤੇ ਜਿਤਨੀ ਜ਼ਿੰਦਗੀ ਉਹਦੀ ਸੀ, ਜਿਤਨੀ ਜ਼ਿੰਦਗੀ ਉਸ ਕੁੱਤੇ ਦੀ ਸੀ, ਕਹਿੰਦੇ ਲੱਕ ਟੁੱਟੇ ਹੋਣ ਦੇ ਕਾਰਨ ਪਿਛਲੀਆਂ ਤਾਂ ਲੱਤਾਂ ਖਤਮ, ਅਗਲੀਆਂ ਦੋ ਲੱਤਾਂ ਦੇ ਨਾਲ ਘਸੀਟ ਘਸੀਟ ਕੇ ਵਿਚਾਰਾ ਆਪਣੇ ਆਪ ਨੂੰ ਤੁਰਦਾ ਰਿਹਾ, ਜਦ ਤੱਕ ਜੀਂਦਾ ਰਿਹਾ ਘਸੀਟ ਘਸੀਟ ਕੇ ਦੁਖਦਾਈ ਤਰੀਕੇ ਦੇ ਨਾਲ ਜੀਂਦਾ ਰਿਹਾ। ਕਹਿੰਦੇ ਹੁਣ ਉਹਦਾ ਫਲ ਕੀ ਨਿਕਲਿਆ? ਕਹਿੰਦੇ ਇਹ ਜਦੋਂ ਜੰਮਿਆ, ਧਿਆਨ ਦੇਣਾ, ਇਹ ਜਦੋਂ ਜੰਮਿਆ ਉਹਦੇ ਕਰਮ ਬਣ ਗਏ ਸਨ ਕਿ ਇਹਨੇ ਪਾਪ ਕੀਤਾ, ਕਰਮ ਬਣ ਗਏ ਪਾਪ, ਇਹਦੀ ਸਜ਼ਾ ਮਿਲਣੀ ਹੈ। ਕਹਿੰਦੇ ਜੰਮਦਿਆਂ ਨੂੰ ਇਹਨੂੰ ਪੋਲੀਓ ਦਾ ਅਟੈਕ ਹੋਇਆ, ਦੋਨੋਂ ਲੱਤਾਂ ਹੀ ਉਹਦੀਆਂ ਖਾਧੀਆਂ ਗਈਆਂ, ਆਖੋ ਸਤਨਾਮ, ਲੱਤਾਂ ਹੀ ਫੇਲ ਹੋ ਗਈਆਂ। ਹੁਣ ਉਹ ਵੀ ਜਿਵੇਂ ਕੁੱਤਾ ਘਸੀਟ ਘਸੀਟ ਕੇ, ਉਹ ਵੀ ਆਪਣਾ ਘਸੀਟ ਘਸੀਟ ਕੇ ਤੁਰੀ ਜਾਂਦਾ, ਆਖੋ ਸਤਨਾਮ। ਕਹਿੰਦੇ ਦਇਆ ਸਿੰਘ, ਸਰਦਾਰ ਦਇਆ ਸਿਆਂ, ਉਹ ਇਸ ਜਨਮ ਦੇ ਵਿੱਚ ਪਿਛਲੇ ਕੀਤੇ ਕਰਮ ਦਾ ਭੋਗ ਭੋਗਦਾ ਪਿਆ। ਸਾਹਿਬ ਕਹਿੰਦੇ, ਕਹਿੰਦੇ ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਇਹ ਕਰਤੇ ਦਾ ਨਿਆਂ ਹੈ, ਇਹਦੇ ਵਿੱਚ ਕੋਈ ਅਦਲ ਬਦਲ ਨਹੀਂ ਹੋ ਸਕਦੀ, ਇਹਦੇ ਵਿੱਚ ਕੋਈ ਸਿਫਾਰਿਸ਼ਾਂ ਨਹੀਂ ਚੱਲ ਸਕਦੀਆਂ ਕਿ ਮੈਂ ਗੁਨਾਹ ਕਰ ਆਇਆ ਹੁਣ ਇਸ ਗੁਨਾਹ ਤੋਂ ਮੈਨੂੰ ਬਖਸ਼ ਦੇਈ, ਇਸ ਗੁਨਾਹ ਤੋਂ ਮੈਨੂੰ ਬਖਸ਼ ਦੇਈ, ਨਹੀਂ ਬਖਸ਼ਿਆ ਜਾਏਗਾ ਨਹੀਂ। ਪਰ ਕਹਿੰਦੇ ਫਿਰ ਉਹ ਦਇਆ ਸਿੰਘ ਪੁੱਛਣ ਲੱਗਾ, ਕਹਿੰਦੇ ਜੀ ਫਿਰ ਬਾਣੀ ਪੜ੍ਹੇ ਦਾ ਲਾਭ? ਕਹਿੰਦੇ ਬਾਣੀ ਪੜ੍ਹੇ ਦਾ ਇਹ ਲਾਭ ਹੋ ਰਿਹਾ, ਜਿਹੜਾ ਕਰਮ ਸੀ ਉਹ ਤਾਂ ਉਹਨੂੰ ਭੁਗਤਣਾ ਪੈ ਰਿਹਾ, ਪਰ ਬਾਣੀ ਪੜ੍ਹਨ ਦਾ, ਸਿਮਰਨ ਕਰਨ ਦਾ, ਨੇਮ ਕਰਨ ਦਾ, ਭਜਨ ਕਰਨ ਦਾ ਇਹ ਲਾਭ ਹੋ ਰਿਹਾ ਕਿ ਉਹ ਦੁੱਖ ਉਹਦੇ ਮਨ ਦੇ ਵਿੱਚ ਅਸਰ ਨਹੀਂ ਕਰ ਰਿਹਾ, ਅਸਰ ਨਹੀਂ ਕਰ ਰਿਹਾ। ਉਹ ਬਾਣੀ ਜਿਹੜੀ ਪੜ੍ਹ ਰਿਹਾ, ਉਹ ਬਾਣੀ ਉਹਦੇ ਮਨ ਨੂੰ ਸ਼ਾਂਤ ਰੱਖਦੀ ਪਈ ਆ, ਆਖੋ ਸਤਨਾਮ। ਜੇ ਇਹੀ ਬੰਦਾ ਬਾਣੀ ਨਾ ਪੜ੍ਹੇ, ਅਸ਼ਾਂਤ ਹੋਵੇ, ਸਾਰੀ ਜ਼ਿੰਦਗੀ ਸ਼ਿਕਵੇ ਦੇ ਵਿੱਚ ਰਹੇਗਾ, ਸਾਰੀ ਜ਼ਿੰਦਗੀ ਸ਼ਿਕਵੇ ਦੇ ਵਿੱਚ ਰਹੇਗਾ ਕਿ ਰੱਬਾ ਤੂੰ ਮੇਰੇ ਨਾਲ ਕੀਤਾ ਕੀ, ਤੂੰ ਮੇਰੇ ਨਾਲ ਕੀਤਾ ਕੀ। ਕਹਿੰਦੇ ਬਾਣੀ ਪੜ੍ਹਨ ਦਾ ਇਹ ਲਾਭ ਹੋ ਰਿਹਾ, ਉਹਦੇ ਸ਼ਿਕਵੇ ਖਤਮ ਹੋ ਗਏ ਤੇ ਹੁਣ ਸ਼ੁਕਰਾਨੇ 'ਚ ਜੁੜਿਆ, ਆਖੋ ਸਤਨਾਮ। ਕਿ ਜਿਵੇਂ ਵੀ ਰੱਖਿਆ ਈ ਤੇਰੀ ਰਜ਼ਾ 'ਚ ਹਾਂ ਮੈਂ, ਰਜ਼ਾ 'ਚ। ਕਹਿੰਦੇ ਉਹਨੂੰ ਗੁਰਮੁਖਾਂ ਦਾ ਸੰਗ ਮਿਲ ਗਿਆ ਤੇ ਉਹਨੂੰ ਚਾਨਣ ਹੋ ਗਿਆ ਕਿ ਜੋ ਮੈਂ ਕੀਆ ਸੋ ਮੈਂ, ਜੋ ਮੈਂ ਕੀਤਾ ਮੈਨੂੰ ਮਿਲ ਰਿਹਾ। ਤੇ ਕਹਿੰਦੇ ਹੁਣ ਆਹ ਜੋ ਕੁਝ ਮੈਨੂੰ ਦੁੱਖ ਮਿਲ ਰਿਹਾ, ਇਹਦਾ ਦੁੱਖ ਮੇਰੇ ਮਨ ਤੇ ਅਸਰ ਨਾ ਕਰੇ, ਮੇਰਾ ਮਨ ਦੁਖੀ ਨਾ ਹੋਵੇ। ਮੈਂ ਇੱਕ ਗੱਲ ਦੱਸ ਦਿਆਂ, ਜੇ ਮਨ ਦੁਖੀ ਹੋਏਗਾ ਨਾ ਤੇ ਤਨ ਦੁਖੀ ਹੋਏਗਾ, ਜੇ ਮਨ ਦੁਖੀ ਹੋਏਗਾ ਤੇ ਸਭ ਕੁਝ ਉਹ ਦੁੱਖ ਤੁਹਾਡੇ ਅੰਦਰ ਜਦੋਂ ਲੱਗੇਗਾ ਨਾ ਤੇ ਦੁੱਖ ਤੁਹਾਨੂੰ ਮਹਿਸੂਸ ਹੋਏਗਾ। ਜੇ ਦੁੱਖ ਅੰਦਰ ਤੁਹਾਡੇ ਲੱਗ ਹੀ ਨਹੀਂ ਰਿਹਾ, ਤੁਸੀਂ ਸ਼ਾਂਤ ਬੈਠੇ, ਸ਼ਾਂਤ ਬੈਠੇ, ਇਹ ਸੱਚ ਹੈ। ਕਹਿੰਦੇ ਉਹ ਸਰਦਾਰ ਸੰਤੋਖ ਸਿੰਘ, ਬਾਣੀ ਦਾ ਅਸਰ ਇਹ ਹੋ ਰਿਹਾ, ਦੁੱਖ ਆਇਆ ਤਾਂ ਹੈ ਪਰ ਦੁੱਖ ਉਹਨੂੰ ਛੂ ਨਹੀਂ ਰਿਹਾ, ਉਹਦੇ ਮਨ ਨੂੰ ਡੁਲਾ ਨਹੀਂ ਰਿਹਾ, ਉਹਦਾ ਮਨ ਅਡੋਲ ਬੈਠਾ ਹੋਇਆ, ਆਖੋ ਸਤਨਾਮ। ਅਡੋਲ